ਅਸਲਾਮ ਵਾਲੇਕੁਮ, ਮੈਂ ਤੁਹਾਡਾ ਮੇਜ਼ਬਾਨ ਤੁਫੈਲ ਅਹਿਮਦ ਜੋਈਆ। ਤੁਸੀਂ ਵੇਖਦੇ ਪਿਆ ਜੀ ਲੈਂਡ ਫਾਰ ਸੇਲ ਟੀਵੀ। ਅਤੇ ਮੇਰੇ ਭਾਈ, ਅੱਜ ਤੁਹਾਨੂੰ ਦਿਖਾਵਾਂਗੇ ਅਸੀਂ 150 ਏਕੜ ਦਾ ਪਲਾਟ, 150 ਏਕੜ ਜ਼ਰੀ ਜ਼ਮੀਨ। ਅਸੀਂ ਮੇਨ ਡੇਰਾ ਜਿਹੜਾ ਉਹਨਾਂ ਦਾ ਨਾ, ਉਹਦੇ ਉੱਪਰ ਖੜ੍ਹੇ ਹਾਂ, ਬਿਲਕੁਲ ਜਿੱਥੇ ਜਿੱਥੇ ਨਜ਼ਰ ਜਾ ਰਹੀ ਉਹਨਾਂ ਦਾ ਰਕਬਾ, ਬਿਲਕੁਲ ਬ੍ਰੈਂਡ ਰਕਬਾ ਪਲਾਟਿੰਗ ਦੇ ਵਿੱਚ। 10-10 ਏਕੜ ਦੀ ਲੰਬੀ ਲਾਈਨ ਹੈ ਡੇਰਾ ਦਰਮਿਆਨ 'ਚ, ਡੇਰੇ ਦੇ ਚਾਰੋਂ ਤਰਫ ਜਿਹੜਾ ਨਾ ਰਕਬਾ ਹੈਗਾ, ਬਿਲਕੁਲ ਬ੍ਰੈਂਡ ਰਕਬਾ, VIP ਡੇਰਾ ਬਣਿਆ ਹੋਇਆ। CCTV ਕੈਮਰੇ, ਹਰ ਸਹੂਲਤ, ਰੋਡ, ਨਹਿਰ ਦਾ ਫਰੰਟ, ਹਰ ਚੀਜ਼ ਹੈ ਤੁਹਾਡੇ ਸਾਹਮਣੇ ਨਜ਼ਰ ਆਏ। ਬਿਲਕੁਲ ਦਰਮਿਆਨ 'ਚ ਖੜ੍ਹੇ ਅਸੀਂ ਡੇਰੇ ਦੇ ਉੱਪਰ ਚੜ੍ਹ ਕੇ। ਥੋੜ੍ਹਾ ਜਿਹਾ ਕਾਰਨਾ ਤੋਂ ਦਿਖਾਵਾਂਗੇ ਅਸੀਂ ਜਾ ਕੇ। ਇਹ ਜ਼ਿਲ੍ਹਾ ਪਾਕਪਤਨ ਦਾ 150 ਏਕੜ ਦਾ ਪਲਾਟ ਹੈ ਜੀ, ਫਾਰ ਸੇਲ ਹੈ। ਇਹ ਸਾਰਾ ਡੇਰਾ ਹੈ, ਇਹ ਸਾਰਾ ਰਕਬਾ ਨਜ਼ਰ ਆ ਰਿਹਾ ਤੁਹਾਨੂੰ। ਇੱਕ ਸਾਈਡ ਨੂੰ 10 ਏਕੜ ਦਾ ਫਰੰਟ ਲੱਗਦਾ ਨਹਿਰ ਦਾ, ਇੱਕ ਸਾਈਡ ਨੂੰ 10 ਏਕੜ ਦਾ ਸਰਕਾਰੀ ਸੋਲੰਗ ਜਾ ਰਿਹਾ, ਅੱਗੇ ਨਾਲ ਹੀ ਪੱਕੀ ਸ਼ੁਰੂ ਹੋ ਜਾਂਦੀ। ਇਹ ਸਾਰਾ ਡੇਰਾ ਹੈ, ਇਹ ਸਾਰੀ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ। ਡੇਰੇ ਦੀ ਛੱਤ 'ਤੇ ਖੜ੍ਹੇ ਹੋ ਕੇ ਅਸੀਂ ਰਕਬਾ ਦਿਖਾਇਆ, ਅੱਗੇ ਤੁਹਾਨੂੰ ਕਾਰਨਰ ਤੋਂ ਵੀ ਜਾ ਕੇ ਦਿਖਾਵਾਂਗੇ। 150 ਏਕੜ ਜ਼ਰੀ ਜ਼ਮੀਨ ਹੈ, ਨਹਿਰੀ ਪਾਣੀ 12 ਮਹੀਨੇ, ਠੇਕਾ ਹੈ ਅਤੇ ਤਕਰੀਬਨ 3 ਲੱਖ ਰੁਪਈਆ ਡਿਮਾਂਡ ਇਹਦੀ, ਬੜੀ ਮਕੂਲ ਹੈ ਰਕਬੇ ਦੇ ਲਿਹਾਜ਼ ਨਾਲ, ਬਹੁਤ ਬ੍ਰੈਂਡ ਰਕਬਾ ਹੈ। 60 ਲੱਖ ਰੁਪਏ ਡਿਮਾਂਡ ਹੈ ਮਾਲਕਾਂ ਦੀ ਫਾਈਨਲ। ਇਹ ਰੋਡ ਉੱਧਰ ਨੂੰ ਜਾ ਰਿਹਾ ਰਕਬੇ ਵੱਲ, ਅਤੇ ਬਾਕੀ ਇਨਸ਼ਾਅੱਲਾ ਡਿਟੇਲ ਦੇਵਾਂਗੇ ਅਸੀਂ ਵਟਸਐਪ 'ਤੇ। ਕਾਲ ਕਰ ਰਹੇ ਹੋ, ਮਿਲਾਂਗੇ ਅਗਲੀ ਵੀਡੀਓ 'ਤੇ। ਅੱਲਾ ਹਾਫਿਜ਼।